ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਧਰੀ ਕ੍ਰਿਸ਼ਨ ਲਾਲ, ਠੀਕ ਹੈ, ਚੌਧਰੀ ਕ੍ਰਿਸ਼ਨ ਲਾਲ ਦੀ ਕੱਲ੍ਹ ਮੈਂ ਵੀਡੀਓ ਦੇਖਦਾ ਪਿਆ ਸੀਗਾ। ਠੀਕ ਹੈ ਚੌਧਰੀ ਕ੍ਰਿਸ਼ਨ ਲਾਲ ਜੀ, ਤੁਸੀਂ ਮੰਗੂ ਮੱਠ 'ਤੇ ਵੀਡੀਓ ਬਣਾ ਰਹੇ ਜੇ, ਬਣਾਓ। ਅਸੀਂ ਵੀ ਮੰਨਦੇ ਹਾਂ ਉਹ ਬੰਦਾ ਜਿੱਦਾਂ ਦਾ ਹੈਗਾ ਆ, ਠੀਕ ਹੈ, ਉਹਨੇ ਗਲਤ ਕੰਮ ਕੀਤਾ, ਅਸੀਂ ਮੰਨ ਲਿਆ, ਠੀਕ ਹੈ ਜੀ। ਗੱਲ ਇਹ ਆ ਕਿ ਤੁਸੀਂ ਵਿੱਚ ਆਪਣੇ ਇਹ ਗੱਲ ਕਹਿ ਰਹੇ ਜੇ ਵੀ ਬਾਕੀ ਜਿੰਨੀਆਂ ਬੇਅਦਬੀਆਂ ਹੋਈਆਂ ਆ ਉਹ ਨਜਾਇਜ਼ ਹੀ ਮਾਰੇ ਆ। ਮਤਲਬ ਕਿ ਲੋਕਾਂ ਨੇ ਗੁਰਦੁਆਰੇ ਆਉਣਾ ਛੱਡ ਦੇਣਾ, ਕਿਉਂ ਛੱਡ ਦੇਣਾ ਬਈ? ਜੇ ਪਹਿਲਾਂ ਇੰਨਾ ਸਭ ਕੁਝ ਹੋ ਗਿਆ, ਪਹਿਲਾਂ ਹੁਣ ਦਰਬਾਰ ਸਾਹਿਬ ਬੇਅਦਬੀ ਕਰਨ ਆਇਆ, ਮਾਰਿਆ ਗਿਆ, ਲੋਕਾਂ ਨੇ ਦਰਬਾਰ ਸਾਹਿਬ ਜਾਣਾ ਛੱਡਤਾ? ਐਵੇਂ ਚਵਲਾਂ ਨਾ ਮਾਰਿਆ ਕਰੋ, ਮੋਬਾਇਲ ਫੜ ਲੈਂਦੇ ਤੇ ਚਵਲਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਜੇ। ਲੋਕਾਂ ਨੇ ਕਦੇ ਵੀ ਗੁਰਦੁਆਰਿਆਂ ਜਾਣਾ ਬੰਦ ਨਹੀਂ ਕਰਨਾ, ਜਿੱਥੇ ਲੋਕਾਂ ਦੀ ਆਸਥਾ ਹੈ ਉੱਥੇ ਜਾਣਾ ਹੀ ਜਾਣਾ ਹੈ। ਅਤੇ ਤੁਸੀਂ ਲੋਕਾਂ ਨੂੰ ਮੈਸੇਜ ਦੇਣ ਡੇ ਜੀ ਗੁਰਦੁਆਰੇ ਹੁਣ ਕੌਣ ਜਾਊਗਾ ਜੀ, ਉਹ ਇੱਦਾਂ ਜੀ ਜਿਹੜੇ ਪਹਿਲਾਂ ਮਾਰੇ ਉਹ ਵੀ ਇੱਦਾਂ ਹੀ ਮਾਰੇ ਇਹਨਾਂ ਨੇ ਕਮਲੇ ਰਮਲੇ। ਠੀਕ ਆ, ਇੱਕ ਬੰਦੇ ਨੇ ਗਲਤੀ ਕੀਤੀ ਮੰਗੂ ਮੱਠ ਵਾਲੇ ਨੇ, ਅਸੀਂ ਉਹਨਾਂ ਦੇ ਵੀਡੀਓ ਪਾ ਕੇ ਆਪਣਾ ਜਿਹੜਾ ਰੋਸ ਜ਼ਾਹਿਰ ਕਰ ਦਿੱਤਾ ਆ। ਠੀਕ ਹੈ, ਉਹ ਨਜਾਇਜ਼ ਇੱਕ ਮਾਰਿਆ ਗਿਆ, ਜਿਹੜੇ ਬਾਕੀ ਮਾਰੇ ਉਹ ਤਾਂ ਸਹੀ ਮਾਰੇ ਆ ਨਾ। ਨਾਲੇ ਤੁਹਾਡੇ ਕੋਲ ਕਿਸੇ ਗੱਲ ਦਾ ਸਬੂਤ ਹੈਗਾ ਚੌਧਰੀ ਜੀ? ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਚੌਧਰੀ ਕਿਉਂ ਕਹਿੰਦੇ ਆ। ਦੱਸੋ ਤੁਹਾਡੇ ਕੋਲ ਸਬੂਤ ਹੈਗਾ ਵੀ ਜਿਹੜੇ ਉੱਥੇ ਮਾਰੇ ਗਏ ਦੂਜੇ ਗੁਰਦੁਆਰਿਆਂ 'ਚ ਜਿਹੜੇ ਵੱਡੇ ਆ, ਜਿਨ੍ਹਾਂ ਦੇ ਮਰਡਰ ਹੋਏ ਆ, ਜਿਹੜੇ ਬੇਅਦਬੀ ਕਰਨ ਆਏ ਆ, ਤੁਹਾਡੇ ਕੋਲ ਸਬੂਤ ਹੈਗਾ ਕੋਈ ਵੀ ਉਹ ਬੇਅਦਬੀ ਕਰਨ ਨਹੀਂ ਗਏ ਸੀ, ਉਹ ਨਜਾਇਜ਼ ਹੀ ਮਾਰੇ? ਕੋਈ ਸਬੂਤ ਹੈਗਾ ਤੇ ਜਨਤਾ ਕਰ ਦੇ ਸਾਹਮਣੇ ਲਿਆ ਕਰੋ, ਬਿਨਾਂ ਸਬੂਤ ਤੋਂ ਗੱਲ ਚਵਲਾਂ ਨਹੀਂ ਮਾਰੀਆਂ ਹੁੰਦੀਆਂ। ਫਿਰ ਜੀ ਇਹ ਬੰਦੇ ਚੌਧਰੀ ਨੇ, ਚੌਧਰੀ ਕ੍ਰਿਸ਼ਨ ਲਾਲ ਜੀ ਕਹਿ ਦਿੰਦੇ ਸਾਡੇ ਤੋਂ ਵੱਡੇ, ਰਿਸਪੈਕਟ ਦੇ ਦਿਓ ਹੈ ਨਾ। ਚੌਧਰੀ ਕ੍ਰਿਸ਼ਨ ਲਾਲ ਜੀ ਬੋਲਦੇ ਬੋਲਦੇ ਮੰਗੂ ਮੱਠ ਦੇ ਪਹਿਲਾਂ ਟੇਸ਼ਨ ਦੂਜੇ ਗੁਰਦੁਆਰਿਆਂ ਵੱਲ ਫੜ ਲਿਆ, ਚਲੋ ਠੀਕ ਹੈ ਜੀ। ਫਿਰ ਜੀ ਮੰਤਰੀ ਬਾਜੇ ਕੇ ਵੱਲ ਤੁਰ ਪਿਆ। ਜਦੋਂ ਮੰਤਰੀ ਬਾਜੇ ਕੇ ਵਾਲਾ ਬੋਲਦਾ ਸੀ ਨਾ ਲਾਈਵ, ਤੇ ਉਦੋਂ ਤੁਹਾਡੇ ਵਰਗੇ ਚੌਧਰੀ ਜੀ ਬੋਲਦੇ ਨਹੀਂ ਗੇ, ਤੁਸੀਂ ਲੁਕਦੇ ਫਿਰਦੇ ਸੀ ਵੀ ਯਾਰ ਜੇ ਮੈਂ ਮੰਤਰੀ ਦੇ ਵੀਡੀਓ ਪਾਤੀ ਤੇ ਅੱਗੋਂ ਉਹਨੇ ਗਾਲਾਂ ਹੀ ਕੱਢਣੀਆਂ, ਲੁਕਦੇ ਫਿਰਦੇ ਸੀ ਚੌਧਰੀ ਜੀ ਤੁਸੀਂ, ਠੀਕ ਹੈ ਨਾ। ਫਿਰ ਭਾਈ ਜੀ ਜਦੋਂ ਬੰਦੇ ਫੜੇ ਗਏ ਹੁਣ, ਠੀਕ ਆ, ਉਹ ਆਪਣੀ ਸਜ਼ਾ ਪੂਰੀ ਕਰਨ ਡਿਆ, ਜੇਲ੍ਹਾਂ 'ਚ ਵੀ ਮਰਦ ਜਾਂਦੇ ਆ, ਮਰਦ ਜਾਂਦੇ ਆ ਜੇਲ੍ਹਾਂ ਦੇ ਵਿੱਚ, ਸੂਰ ਨਹੀਂ ਜਾਂਦੇ। ਜੇ ਉਹ ਜੇ ਉਹਨੇ ਜੇ ਉਹ ਬੋਲਦਾ ਸੀ ਥਾਪੀਆਂ ਮਾਰਦਾ ਸੀ ਤਾਂ ਜੇਲ੍ਹ ਵੀ ਕੱਟਣ ਡਿਆ ਆ, ਅਤੇ ਜੇ ਉਹ ਜੇਲ੍ਹ 'ਚ ਚਲ ਗਿਆ ਤਾਂ ਤੁਹਾਨੂੰ ਬੜੀ ਤਕਲੀਫ ਹੁੰਦੀ ਆ। ਹੈਂ, ਤੂੰ ਵੀਡੀਓ ਦੇ ਵਿੱਚ ਕਹੀ ਜਾਂਦਾ ਚੌਧਰੀ ਦੂਜੇ ਨੂੰ ਵੀ ਫੜੋ, ਦੂਜੇ ਨੂੰ ਵੀ ਫੜੋ, ਆਓ ਕਰੋ ਜੇ ਕਰੋ, ਹੱਦ ਹੋ ਗਈ ਯਾਰ ਤੇਰੇ ਵਾਲੀ। ਮਤਲਬ ਤੁਸੀਂ ਫਿਰ ਤੂੰ ਵਾਕਿਆ ਤੂੰ ਆਪਣੇ ਆਪ 'ਤੇ ਪੱਗ ਦੇ ਸਿਰ ਵਸਾਇਆ, ਤੂੰ ਸਿੱਖ ਥੋੜ੍ਹੀ ਆ, ਸਿੱਖ ਨਹੀਂ ਹੈਗਾ, ਤੂੰ ਸਿਰਫ ਸਿੱਖ ਵਿਰੋਧੀ ਆ, ਭਾਰਤ ਮਾਤਾ ਦਾ ਸਪੂਤ ਆ, ਹੈਂ, ਜੈ ਹਿੰਦ ਕਰਨ ਵਾਲਾ ਬੰਦਾ ਆ ਤੂੰ, ਆਪਣੇ ਆਪ ਨੂੰ ਸਿੱਖ ਨਾ ਕਿਹਾ ਕਰ, ਤੂੰ ਸਨਾਤਨੀ ਕਿਹਾ ਕਰ ਆਪਣੇ ਆਪ ਨੂੰ, ਠੀਕ ਹੈ। ਸਾਰੇ ਸਨਾਤਨੀ ਭਰਾਵਾਂ ਦੀ ਗੱਲ ਨਹੀਂ ਕਰਦਾ, ਆ ਜਿਹੜੇ ਕੁਝ ਸ਼ਿਵ ਸੈਨਾ ਵਾਲੇ ਆ ਨਾ, ਤੂੰ ਉਹਨਾਂ 'ਚ ਰਲ ਜਾ। ਗੱਲ ਕਰਨ ਡਿਆ ਤੂੰ ਮੰਗੂ ਮੱਠ ਦੀ, ਕਰੀ ਚੱਲ ਕੋਈ ਨਹੀਂ, ਹੈਂ, ਉੱਧਰ ਕਰਦਾ ਕਰਦਾ ਤੂੰ ਪਹਿਲਾਂ ਉੱਧਰ ਚਲ ਗਿਆ, ਫਿਰ ਮੰਤਰੀ 'ਤੇ ਚਲ ਗਿਆ, ਫਿਰ ਮੰਤਰੀ ਦੇ ਪਰਿਵਾਰ 'ਤੇ ਆ ਗਿਆ, ਉਹਦੀ ਪਿੱਠ ਪਿੱਛੇ ਕਿਸੇ ਦੀ ਪਿੱਠ ਪਿੱਛੇ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਚੌਧਰੀ। ਜੇ ਮੰਤਰੀ 'ਤੇ ਗੱਲ ਕਰਨੀ ਆ ਨਾ, ਜੇ ਕੋਈ ਕੀੜਾ ਹੈਗਾ ਆ ਤਾਂ ਜਾਂ ਜਲੂਪੁਰ ਖੇੜੇ ਚਲ ਜਾ, ਅਤੇ ਜਾਂ ਭਾਈ ਉੱਥੇ ਚਲ ਜਾ ਡਿਬੜੂਗੜ ਜੇਲ੍ਹ, ਜੇਲ੍ਹ ਦੇ ਉਹ ਮਿਲਿਆ ਜਾ ਕੇ ਮੰਤਰੀ ਨੂੰ, ਠੀਕ ਆ। ਅਤੇ ਨਾਲੇ ਉਹਦੇ ਪਰਿਵਾਰ ਨੇ ਚਾਹੇ ਗੱਡੀ ਲਈ ਚਾਹੇ ਵੇਚੀ, ਜੋ ਵੀ ਕੀਤਾ ਤੇਰੇ ਕੋਲ ਮੰਗ ਕੇ ਲਈ, ਤੇਰੇ ਕੋਲ ਮੰਗ ਕੇ ਲਈ, ਤੂੰ ਪੈਸੇ ਪਾਏ, ਚਾਹੇ ਉਹਨੇ ਯੂਟਿਊਬ 'ਤੇ ਲਈ ਚਾਹੇ ਫੇਸਬੁੱਕ ਤੋਂ ਲਈ, ਮਿਹਨਤ ਕੀਤੀ ਨਾ, ਚਾਹੇ ਬੋਲ ਕੇ ਮਿਹਨਤ ਕੀਤੀ, ਮਿਹਨਤ ਕੀਤੀ ਨਾ ਅਗਲੇ।
ਵਾਲਾ ਪੁੱਤਰ ਵੀ ਖਿਲਾਫ ਹੋ ਗਿਆ ਉਹਦੇ। ਭਾਈ ਚੌਧਰੀ ਤੂੰ ਆਪਣੇ ਭਾਈ ਜਿੰਨੀ ਕੁ ਔਕਾਤ ਦਾ ਮਾਲਕ ਆ ਸਾਰਿਆਂ ਨੂੰ ਪਤਾ, ਤੂੰ ਵੀ ਆਪਣੀ ਔਕਾਤ ਦੇ ਵਿੱਚ ਹੀ ਰਹਿ, ਠੀਕ ਹੈ। ਤੂੰ ਕੋਈ ਬਹੁਤਾ ਬਹੁਤਾ ਵਧੀਆ ਬੰਦਾ ਨਹੀਂ ਆ ਕਿ ਜਣੇ ਖਣੇ ਨੂੰ ਤੂੰ ਸੋਰੀ ਜਣੇ ਖਣੇ ਕਹਿ ਤੂੰ ਸਾਰਿਆਂ ਨੂੰ ਮਾੜਾ ਕਹਿੰਦਾ, ਉਹ ਵੀ ਮਾੜਾ, ਆਹ ਵੀ ਮਾੜਾ, ਉਹ ਵੀ ਮਾੜਾ, ਫਲਾਨਾ ਵੀ ਮਾੜਾ, ਢਿੰਗੜਾ ਵੀ ਮਾੜਾ, ਤੂੰ ਚੰਗਾ ਆ। ਤੁਸੀਂ ਮਤਲਬ ਜਿਹੜੇ ਪੰਜ ਸੱਤ ਜਿਹੜਾ ਤੁਹਾਡਾ ਗੈਂਗ ਆ ਉਹ ਚੰਗਾ ਆ, ਉਹਨਾਂ ਉਹ ਪੜ੍ਹੇ ਲਿਖੇ ਆ ਮਤਲਬ, ਹੈ ਨਾ। ਜੇ ਉਹ ਡੰਗਰ ਡਾਕਟਰ ਆ ਉਹ ਕਹਿੰਦਾ ਮੈਂ ਨੌਕਰੀ ਛੱਡੀ, ਤੂੰ ਕਹਿੰਦਾ ਮੈਂ ਪੁਲਿਸ ਦੀ ਨੌਕਰੀ ਛੱਡੀ, ਛੱਡੀ ਕਿ ਕੱਢਿਆ ਰੱਬ ਜਾਣੇ ਹੁਣ ਕੀ ਕਰਤੂਤਾਂ ਕੀਤੀਆਂ ਹੋਣਗੀਆਂ, ਉਹ ਲੋਕਾਂ ਨੇ ਜਨਤਕ ਕੀਤੀਆਂ, ਠੀਕ ਆ, ਸਾਨੂੰ ਲੋੜ ਨਹੀਂ ਬੋਲਣ ਦੀ। ਸੋ ਚੌਧਰੀ ਜੀ ਬੇਨਤੀ ਆ, ਠੀਕ ਆ, ਆਪਾਂ ਤੁਹਾਡੇ 'ਤੇ ਵੀਡੀਓ ਨਹੀਂ ਸੀ ਪਾਉਣੀ ਅਤੇ ਨਾ ਕੋਈ ਵੀਡੀਓ ਖੇਡਣ ਦਾ ਸਾਨੂੰ ਚਾਹ ਆ। ਮੈਂ ਤਾਂ ਸੋਸ਼ਲ ਮੀਡੀਆ ਨਾ ਬੜਾ ਪੁਰਾਣਾ ਛੱਡਤਾ ਸੀ ਚੌਧਰੀ ਜੀ, ਮੈਂ ਸੋਸ਼ਲ ਮੀਡੀਆ 'ਤੇ ਆਉਣਾ ਬਿਲਕੁਲ ਬੰਦ ਕਰਤਾ ਸੀਗਾ, ਮੈਨੂੰ ਪਤਾ ਲੱਗ ਗਿਆ ਸੀਗਾ ਕੋਈ ਫਾਇਦਾ ਨਹੀਂ ਆ, ਠੀਕ ਆ। ਪਰ ਮੇਰੇ ਭਰਾਵਾਂ ਨੇ ਮੈਨੂੰ ਕਿਹਾ ਵੀ ਯਾਰ ਲਾਲੀ ਚੱਲ ਯਾਰ ਤੂੰ ਚੈਨਲ ਬਣਾ ਛੱਡ, ਆਪਣਾ ਪਲੇਟਫਾਰਮ ਬਣਿਆ ਹੋਊਗਾ ਅਤੇ ਬੰਦਾ ਬੋਲ ਕੇ ਕਿਤੇ ਨਾ ਕਿਤੇ ਕੋਈ ਗੱਲ ਹੋ ਜਾਂਦੀ, ਬੰਦਾ ਬੋਲ ਹੀ ਪੈਂਦਾ। ਉਹਨਾਂ ਨੇ ਬੜੀ ਵਾਰ ਉਹਨਾਂ ਦੇ ਕਹਿਣ 'ਤੇ ਮੈਂ ਆਪਣਾ ਚੈਨਲ ਕ੍ਰੀਏਟ ਕੀਤਾ ਵੀ ਚੱਲ ਕੋਈ ਨਹੀਂ ਬਣਾ ਲੈਂਦੇ, ਹੈ ਨਾ। ਨਹੀਂ ਤਾਂ ਮੈਂ ਤਾਂ ਦੂਰ ਹੀ ਹੋ ਗਿਆ ਸੀ, ਮੈਨੂੰ ਪਤਾ ਸੀ ਯਾਰ, ਠੀਕ ਆ, ਕਿ ਹੈ ਨਹੀਂ ਇਹਨਾਂ ਕੰਮਾਂ 'ਚ ਕੁਝ। ਪਰ ਉਹ ਜਿਹੜੇ ਵੀਰਾਂ ਨੇ ਮੇਰਾ ਚੈਨਲ ਬਣਾ ਕੇ ਦਿੱਤਾ ਹੈ, ਹੁਣ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਕਿਹਾ ਵੀ ਤੂੰ ਚੈਨਲ ਬਣਾ ਲਾ, ਕਿਉਂਕਿ ਫਿਰ ਮੈਨੂੰ ਲੱਗਦਾ ਵੀ ਸਾਡਾ ਜਨਮ ਹੀ ਇਸੇ ਕਰਕੇ ਹੋਇਆ ਕਿ ਤੁਹਾਡੇ ਵਰਗੇ ਜਿਹੜੇ ਪੰਜ ਸੱਤ ਆ ਉਹਨਾਂ ਦੀ ਕਿੱਲੀ ਨੱਪ ਕੇ ਰੱਖਣੀ। ਤੁਹਾਡੀ ਗੈਂਗ 'ਚ ਉਹ ਆ ਜਾਂਦਾ ਜਿਹੜਾ ਦੁੱਖੀ ਦਾ ਬੰਦਾ ਹੈ, ਸੜਿਆ ਬੰਦਾ ਜਿਹੜਾ ਤੁਹਾਡੀ ਗੈਂਗ 'ਚ ਆ ਜਾਂਦਾ, ਬੋਲਣ ਲੱਗ ਪੈਂਦਾ। ਹੋਰ ਵੀ ਮਜ਼ਬੀ ਸਿੰਘ ਹੈਗੇ, ਰੰਗਰੇਟੇ ਹੈਗੇ ਆ, ਹੋਰ ਵੀ ਸਾਰੇ ਹੈਗੇ ਆ, ਆਪਣਾ ਜਿਉਣ ਡਿਆ, ਆਪਣੀ ਵੀਡੀਓ ਵੀ ਬਣਾਉਂਦੇ ਆ। ਤੂੰ ਉਹਨੂੰ ਕਹਿੰਦਾ ਮੰਤਰੀ ਨੂੰ ਕਮਾਈ ਕਰਦਾ ਆ ਵੀਡੀਓ 'ਚ, ਹੈ ਕਮਾਈ ਕਰਦਾ ਰਿਹਾ, ਤੂੰ ਨਹੀਂ ਕਮਾਈ ਕਰਦਾ, ਤੇਰੇ ਮੁੰਡਿਆਂ ਨੇ ਨਹੀਂ ਯੂਟਿਊਬ ਚੈਨਲ ਬਣਾਏ, ਉਹ ਨਹੀਂ ਕਮਾਈ ਕਰਦੇ, ਠੀਕ ਹੈ ਨਾ। ਇੱਦਾਂ ਨਹੀਂ ਕਰੀਦਾ ਹੁੰਦਾ ਚੌਧਰੀ, ਚੰਗੇ ਨਹੀਂ ਲੱਗੀਦਾ। ਭਰਾ ਆ ਤੂੰ ਸਾਡਾ, ਵੱਡਾ ਭਰਾ ਹੀ ਆ, ਮਾੜਾ ਨਹੀਂ ਮੈਂ ਕਹਿੰਦਾ ਤੈਨੂੰ ਵੀ, ਤੂੰ ਬਹੁਤ ਮਾੜਾ ਆ, ਪਰ ਜੇ ਤੂੰ ਇਹ ਨਾ ਕਰਨੋਂ ਹਟੇਗਾ ਐਵੇਂ ਜਾਣ ਕੇ ਟਾਰਗੇਟ ਕਰੇਗਾ, ਤੂੰ ਕਹਿੰਦਾ ਜੀ ਜਿਹੜੇ ਡਿਬਰੂਗੜ ਤੱਕ ਇਹ ਚੰਗਾ ਕੀਤਾ ਵਧੀਆ ਕੀਤਾ, ਵੇ ਤੂੰ ਸਿੱਖ ਵਿਰੋਧੀ ਆ ਯਾਰ, ਬਾਕੀ ਤੇਰੀ ਸ਼ਕਲ ਸਿੱਖਾਂ ਵਰਗੀ ਨਹੀਂ ਲੱਗਦੀ। ਅਸੀਂ ਚਾਹੇ ਬਾਣਾ ਲਾ ਵੀ ਦਿੱਤਾ ਨਾ, ਅਸੀਂ ਤਾਂ ਵੀ ਲੱਗਦੇ ਹਾਂ ਕੁਝ ਬੰਦੇ ਕੁ ਬੰਦਿਆਂ 'ਚ ਬਹਿਣ ਵਾਲੇ ਹੈਗੇ ਹਾਂ। ਜੇ ਕੋਈ ਕਹੂਗਾ ਅਸੀਂ ਕਿਤੇ ਮਿਲਾਂਗੇ ਵੀ ਨਾ, ਸਾਨੂੰ ਸਰਦਾਰ ਜੀ ਕਹਿਣਗੇ, ਸਾਨੂੰ ਕਹਿਣਗੇ ਵੀ ਹੋਰ ਲਾਲੀ ਸ਼ਾਹ ਜੀ ਕੀ ਹਾਲ ਆ, ਉਹ ਪਤਾ ਹੈ ਸਰਦਾਰਾਂ ਵਾਲੀ ਲੁੱਕ ਉੱਦਾਂ ਹੀ ਲੱਗਦੀ ਹੈ। ਤੁਸੀਂ ਪੱਗ ਵੀ ਬੰਨ ਲਓ ਨਾ, ਤੁਹਾਡੀ ਸ਼ਕਲ ਨਹੀਂ ਸਰਦਾਰਾਂ ਵਾਲੀ ਲੱਗਦੀ, ਤੁਸੀਂ ਬਹਿਰੂਪੀਏ ਲੱਗਦੇ ਜੇ, ਬਹਿਰੂਪੀਏ। ਧੰਨਵਾਦ ਜੀ। ਸੋ ਇਹਨੂੰ ਸ਼ੇਅਰ ਕੀ ਕਰਨਾ ਇਹਨੂੰ ਯਾਰ, ਠੀਕ ਹੈ, ਤੁਸੀਂ ਦੇਖ ਲਿਆ, ਤੁਹਾਡਾ ਇੰਨਾ ਹੀ ਧੰਨਵਾਦ। ਬਾਕੀ ਇੱਕ ਕੰਮ ਜ਼ਰੂਰ ਕਰਦਿਆ ਕਰੋ ਕਿ ਵੀਡੀਓ ਸਾਰੀ ਵੇਖ ਲਿਆ ਕਰੋ, ਬਾਕੀ ਯਾਰ ਤੁਹਾਡੀ ਮਰਜ਼ੀ, ਕਿਹਾ ਵੀ ਕੁਛ ਨਹੀਂ ਹੁੰਦਾ ਹੁੰਦਾ, ਠੀਕ ਆ। ਮੈਂ ਲਾਸਟ 'ਤੇ ਕਹਿ ਦਿੰਦਾ, ਮੈਂ ਪਹਿਲਾਂ ਵੀ ਕਿਹਾ, ਜਾਣ ਲੱਗਾ ਇਹ ਗੱਲ ਕਹਿ ਦਿੰਦਾ, ਇੱਕ ਵੀਰ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਤੁਸੀਂ ਲਾਈਕਾਂ ਵਾਸਤੇ ਇਹ ਕੰਮ ਕਰਦੇ ਆ, ਤੁਹਾਨੂੰ ਲਾਈਕ ਦਾ ਮਤਲਬ ਵੀ ਪਤਾ ਹੈਗਾ, ਲਾਈਕ ਜੇ ਕੋਈ ਦਿੰਦਾ ਨਾ ਉਹਦਾ ਮਤਲਬ ਨਾ ਹੌਸਲਾ ਦੇਣਾ ਅਗਲੇ ਨੂੰ, ਉਹਦੀ ਗੱਲ ਦੇ ਨਾਲ ਸਹਿਮਤੀ ਪ੍ਰਗਟਾਉਣਾ ਵੀ ਤੇਰੇ ਨਾਲ ਸਹਿਮਤ ਆ, ਹੋਰ ਲਾਈਕਾਂ ਦੇ ਨਾਲ ਅਸੀਂ ਕੀ ਨਾਲ ਦਾ ਫੋਰਚੂਨਰ ਗੱਡੀਆਂ ਨਹੀਂ ਲੈ ਲੈਣੀਆਂ, ਹੋਰ ਯੂਟਿਊਬ ਚੈਨਲਾਂ ਨਾਲ ਕੋਟੀਆਂ ਨਹੀਂ ਪਾ ਲੈਣੀਆਂ, ਠੀਕ ਹੈ। ਅਸੀਂ ਆਪਣਾ ਪਲੇਟਫਾਰਮ ਵੀ ਬਣਾਇਆ ਬੋਲਣ ਵਾਸਤੇ, ਨੋਟ ਕਮਾਉਣ ਵਾਸਤੇ ਨਹੀਂ, ਅਤੇ ਜੇ ਕੋਈ ਐਡ ਚੱਲਦੀ ਵੀ ਹੋਊਗੀ ਨਾ, ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਯੂਟਿਊਬ ਦੇ ਵਿੱਚ ਇੱਕ ਨਵਾਂ ਫੰਕਸ਼ਨ ਆਇਆ ਆ, ਚਾਹੇ ਕਿਹਦਾ 200 ਸਬਸਕ੍ਰਾਈਬਰ ਆ, ਚਾਹੇ ਕਿਹਦਾ 500 ਆ, ਉਹ ਆਟੋਮੈਟਿਕ ਐਡ ਲਾ ਕੇ ਅਤੇ ਆਪਣੀ ਪ੍ਰਮੋਸ਼ਨ ਕਰਕੇ ਪੈਸੇ ਯੂਟਿਊਬ ਕਮਾਉਂਦਾ ਆ, ਠੀਕ ਆ। ਅਤੇ ਉਹਦੇ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਦੇ ਸਕਦੇ, ਉਹਨਾਂ ਦੀ ਮਰਜ਼ੀ ਆ, ਜਿਨ੍ਹਾਂ ਨੇ ਚੈਨਲ ਆ ਦੁਨੀਆਂ ਨੂੰ ਦਿੱਤੇ ਰੋਟੀ ਖਾਣ ਵਾਸਤੇ, ਠੀਕ ਹੈ ਨਾ, ਉਹ ਜੋ ਮਰਜ਼ੀ ਕੰਮ ਜਿਨ੍ਹਾਂ ਨੇ ਸਾਨੂੰ ਪਲੇਟਫਾਰਮ ਦਿੱਤੇ ਆ ਨਾ ਬੋਲਣ ਲਈ, ਉਹ ਮਾਲਕਾਂ ਦੀ ਮਰਜ਼ੀ ਆ ਕਿ ਉਹਨਾਂ ਨੇ ਕੀ ਆਪਣਾ ਸਾਨੂੰ ਫੈਸਿਲਿਟੀਆਂ ਦੇਣੀਆਂ। ਸੋ ਚੌਧਰੀ ਜੀ ਬੇਨਤੀ ਆ, ਇਹੋ ਜਿਹੇ ਕੰਮ ਨਹੀਂ ਕਰੀਦੇ ਹੁੰਦੇ ਘੂਸਿਆਂ ਵਾਲੇ। ਚੌਧਰੀ ਮੈਨੂੰ ਲੱਗਦਾ ਤੈਨੂੰ ਹੁਣ ਕੀ ਕਹੀਏ, ਸਿਆਣਾ ਬਹਿਣਾ ਬੰਦਾ ਆ।
ਤੇ ਚਿੱਟਣਾਂ ਦੇ ਵਾਲ ਵੀ ਸਫੇਦ ਹੋਣ ਡਏ ਆ। ਹੈਂ ਚੌਧਰੀ।